ਮਨਪ੍ਰੀਤ ਜੀ ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਲਈ ਭਾਰਤ ਪੰਦ ਦੀ ਕਾਲ ਦਿੱਤੀ ਗਈ ਹੈ। ਬਿਲਕੁਲ ਸੰਯੁਕਤ ਕਿਸਾਨ ਮੋਰਚਾ ਇਹ 16 ਫਰਵਰੀ ਨੂੰ ਪੂਰੇ ਭਾਰਤ ਦੇ ਵਿੱਚ ਬੰਦ ਕਰੇਗਾ। ਬੰਦ ਇਸ ਕਰਕੇ ਦਿੱਤੀ ਗਈ ਹੈ ਇਹ ਕਾਲ ਕਿਉਂਕਿ ਇਹ ਜਿਹੜੀਆਂ ਇਹਨਾਂ ਦੀਆਂ ਪੈਂਡਿੰਗ ਮੰਗਾਂ ਨੇ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ ਭਾਰਤ ਸਰਕਾਰ ਤੁਹਾਨੂੰ ਯਾਦ ਹੋਣਾ ਜਦੋਂ ਸੰਨ 2021 ਦੇ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰ ਸਾਰੇ ਤਰ੍ਹਾਂ ਦੇ ਵਾਅਦੇ ਕੀਤੇ ਸੀ ਕਿ ਤੁਹਾਡੀ ਐਮਐਸਪੀ ਦੀ ਗਾਰੰਟੀ ਹੋਵੇ ਚਾਹੇ ਜਿਹੜੇ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਹੋਣ ਜਿੰਨਾ ਕਿਸਾਨਾਂ ਦੀ ਮੌਤ ਹੋਈ ਆ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਹੋਵੇ ਲਖੀਨਪੁਰ ਖੀਰੀਵਾਲਾ ਜਿਹੜਾ ਕਿੱਸਾ ਜਿਹਦੇ ਵਿੱਚ ਭਾਰਤ ਦੇ ਗ੍ਰਹਿ ਰਾਜ ਮੰਤਰੀ ਦਾ ਮੁੰਡਾ ਖੁਦ ਸ਼ਾਮਲ ਸੀ ਉਸ ਨੂੰ ਬਰਖਾਸਤ ਕਰਨ ਦੀ ਗੱਲ ਹੋਵੇ ਕਿਸੇ ਵੀ ਮੰਗ ਤੇ ਚੰਗੀ ਤਰ੍ਹਾਂ ਕੋਈ ਗੱਲਬਾਤ ਨਹੀਂ ਹੋਈ ਔਰ ਬਲਕਿ ਇਹ 16 ਤਰੀਕ ਨੂੰ ਤਾਂ ਸੰਯੁਕਤ ਕਿਸਾਨ ਮੋਰਚਾ ਬੰਦ ਕਰ ਰਿਹਾ ਇਸ ਤੋਂ ਇਲਾਵਾ 13 ਤਰੀਕ ਨੂੰ ਹੋਰ ਕਿਸਾਨ ਜਥੇਬੰਦੀਆਂ ਇਹ ਵਕਰ ਵਕਰ ਪ੍ਰੋਗਰਾਮਾ 13 ਤਰੀਕ ਨੂੰ ਯਾਨੀ ਕਿ 13 ਫਰਵਰੀ ਨੂੰ ਇਹ ਟਰੈਕਟਰ ਮਾਰਚ ਵੀ ਕੱਢ ਰਹੇ ਆ ਪੂਰੇ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਸਰਕਾਰ ਖਾਸ ਕਰਕੇ ਜਿਹੜੀ ਕੇਂਦਰ ਸਰਕਾਰ ਆ ਉਹ ਲਗਭਗ ਸੁੱਤੀ ਪਈ ਐ ਨਾ ਉਹਨਾਂ ਨੂੰ ਕਿਸਾਨਾਂ ਦੀ ਪ੍ਰਵਾਹ ਇਹ ਆਪਾਂ ਨੂੰ ਪਤਾ ਹੀ ਐ ਕਿਉਂਕਿ ਜੇ ਪ੍ਰਵਾਹ ਹੁੰਦੀ ਤੇ ਹੁਣ ਤੱਕ ਇਹਨਾਂ ਨੇ ਕੋਈ ਫੈਸਲਾ ਲਿਆ ਹੁੰਦਾ ਪਿਛਲੇ ਦਿਨਾਂ ਦੇ ਵਿੱਚ ਤਿੰਨ ਮੰਤਰੀ ਇਹਨਾਂ ਦੇ ਮਿਲੇ ਸੀ ਕੇਂਦਰ ਦੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਦੇ ਪਿਊਸ਼ ਗੋਇਲ ਉਹਨਾਂ ਨੂੰ ਲੀਡ ਕਰ ਰਹੇ ਸੀ ਭਰੋਸਾ ਦੇ ਕੇ ਫੇਰ ਚਲੇ ਗਏ ਭਰੋਸੇ ਤੇ ਪ੍ਰੋਮਸਾ ਦੇ ਹੀ ਜਾਂਦੇ ਆ ਲੇਕਿਨ ਕੋਈ ਕੰਮ ਨਹੀਂ ਕਰਦੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ ਇਸੇ ਕਰਕੇ ਕਿਸਾਨ ਜਥੇਬੰਦੀਆਂ ਪੂਰੇ ਭਾਰਤ ਦੇ ਵਿੱਚ ਫੇਰ ਤੋਂ ਲਾਮਬੰਦ ਹੋ ਰਹੀਆਂ ਨੇ ਤਾਂ ਕਿ ਇਹਨਾਂ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਦੀ ਵੱਡੀ ਸੱਟ ਸਿਆਸੀ ਸੱਟ ਮਾਰੀ ਜਾਵੇ ਤਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਪਤਾ ਲੱਗੂਗਾ ਜੀワਸੂ ਜੀ ਤੇ ਮਨਪ੍ਰੀਤ ਜੀ ਗੁਰਦੁਆਰਾ ਐਕਟ ਦੇ ਵਿੱਚ ਕੀਤੀਆਂ ਗਈਆਂ ਤਰਮੀਮਾਂ ਦੇ ਵਿਰੋਧ ਵਿੱਚ ਨੰਦੇੜ ਸਾਹਿਬ ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ ਬਿਲਕੁਲ ਤੁਸੀਂ ਦੇਖੋ ਅਚਾਨਕ 68 ਸਾਲ ਪੁਰਾਣਾ ਐਕਟ ਮਹਾਰਾਸ਼ਟਰ ਸਰਕਾਰ ਨੇ ਚੱਕ ਕੇ ਬਦਲਤਾ ਤਖਤ ਸ਼੍ਰੀ ਹਜ਼ੂਰ ਸਾਹਿਬ ਜਿਹੜੇ ਪੰਜ ਸਿੱਖ ਭਾਈਚਾਰੇ ਦੇ ਤਖਤ ਨੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਤਖਤ ਮੰਨਿਆ ਜਾਂਦਾ ਮਹਾਰਾਸ਼ਟਰ ਦੇ ਵਿੱਚ ਹਜ਼ੂਰ ਸਾਹਿਬ ਦਾ ਔਰ ਜਿਸ ਤਰ੍ਹਾਂ ਇਹਨਾਂ ਨੇ ਐਮੈਂਡਮੈਂਟ ਕੀਤੀ ਆ ਔਰ ਇਸ ਐਕਟ ਦਾ ਮੈਂ ਤੁਹਾਨੂੰ ਨਾਮ ਜ਼ਰੂਰ ਦੱਸਦਾ ਉਹ ਹੈ ਨੰਦੇੜ ਸਿੱਖ ਗੁਰਦੁਆਰਾ ਸਤਕੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਬ ਐਕਟ 1956 ਹੁਣ ਇਹਦੇ ਵਿੱਚ ਤਰਮੀਨ ਕੀ ਕੀਤੀ ਗਈ ਹੈ ਜਾਂ ਇਹਦੇ ਵਿੱਚ ਬਦਲਾਅ ਕੀ ਕੀਤਾ ਗਿਆ ਜਾਂ ਐਮੈਂਡਮੈਂਟ ਕੀ ਕੀਤੀ ਗਈ ਹੈ 17 ਮੈਂਬਰਾਂ ਦਾ ਇੱਥੇ ਬੋਰਡ ਬਣਦਾ 17 ਮੈਂਬਰਾਂ ਦੇ ਬੋਰਡ ਦੇ ਵਿੱਚੋਂ ਮਹਾਰਾਸ਼ਟਰ ਸਰਕਾਰ ਕਹਿੰਦੀ ਹੈ ਕਿ ਅਸੀਂ 12 ਮੈਂਬਰ ਖੁਦ ਨਾਮਿਨੇਟ ਕਰਾਂਗੇ ਇਥੋਂ ਤੱਕ ਕਿ ਜਿਹੜਾ ਇਸ ਬੋਰਡ ਦਾ ਪ੍ਰਧਾਨ ਹੋਏਗਾ ਉਹ ਵੀ ਸਰਕਾਰ ਕਰੇਗੀ ਤੇ ਜੇ ਹੁਣ ਤੁਸੀਂ ਦੇਖੋ ਔਰ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ 4 ਮੈਂਬਰ ਹੁੰਦੇ ਸੀ ਉਹਨਾਂ ਨੂੰ ਘਟਾ ਕੇ 2 ਕਰਤਾ ਇਸ ਤੋਂ ਇਲਾਵਾ ਚੀਫ ਖਾਲਸਾ ਦਿਵਾਨ ਉਹਨਾਂ ਦੀ ਵੀ ਇਹਦੇ ਵਿੱਚ ਨਾਮੀਨੇਸ਼ਨ ਸੀ ਇਸੇ ਤਰ੍ਹਾਂ ਸਤਖੰਡ ਦਿਵਾਨ ਉਹਦੀ ਵੀ ਨਾਮੀਨੇਸ਼ਨ ਸੀ ਉਸ ਨਾਮੀਨੇਸ਼ਨ ਨੂੰ ਖਤਮ ਕਰਤਾ ਕਹਿਣ ਦਾ ਭਾਵ ਵਾਸੂ ਜੀ ਸਿੱਧੀ ਗੱਲ ਆ ਕਿ ਕਿਸੇ ਵੀ ਮਿਨੋਰਿਟੀ ਨੂੰ ਇਹ ਚੰਗੀ ਤਰ੍ਹਾਂ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਇਹਨਾਂ ਨੇ ਜੀਨ ਨਹੀਂ ਦੇਣਾ ਉਸ ਤੋਂ ਬਾਅਦ ਇਹਨਾਂ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਨੇ ਹੁਣ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਥੇ ਪਹੁੰਚੇ ਸੀ ਉੱਥੇ ਜਾ ਕੇ ਇੱਕ ਬੜਾ ਵੱਡਾ ਇਹਨਾਂ ਨੇ ਪ੍ਰੋਟੈਸਟ ਵੀ ਕੀਤਾ ਲੋਕਾਂ ਨੇ ਆਸ-ਪਾਸੇ ਕਿਉਂਕਿ ਉੱਥੇ ਲੋਕਾਂ ਦੀ ਮਹਾਰਾਸ਼ਟਰ ਦੇ ਵਿੱਚ ਇਸ ਤੱਕ ਸੀ ਹਜ਼ੂਰ ਸਾਹਿਬ ਦੀ ਬੜੀ ਮਾਨਤਾ ਉਸ ਨੂੰ ਬੜੇ ਹਾਈ ਰਿਸਪੈਕਟ ਨਾਲ ਉਹ ਦੇਖਦੇ ਆ ਉਹਨਾਂ ਨੇ ਆਪਣੇ ਆਪ ਦੁਕਾਨਾਂ ਤੱਕ ਬੰਦ ਕਰਤੀਆਂ ਪੰਜ ਪਿਆਰੇ ਸੀ ਜਿਹੜੇ ਉਹ ਇਸ ਪ੍ਰੋਟੈਸਟ ਨੂੰ ਲੀਡ ਕਰ ਰਹੇ ਸੀ ਤੇ ਹੁਣ ਮਹਾਰਾਸ਼ਟਰ ਸਰਕਾਰ ਕਹਿੰਦੀ ਹੈ ਦੇਖੋ ਇਹਨਾਂ ਦਾ ਤਰਕ ਦੇਖੋ ਕੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇੰਦੇ ਕੋਈ ਗੱਲ ਨਹੀਂ ਜਿਹੜੇ 12 ਅਸੀਂ ਨਾਮਿਨੇਟ ਕਰਾਂਗੇ ਉਹ ਸਿੱਖ ਹੀ ਕਰਾਂਗੇ ਕਿਸੇ ਹੋਰ ਭਾਈਚਾਰੇ ਤੋਂ ਨਹੀਂ ਕਰਾਂਗੇ ਪਰ ਯਾਨੀ ਕਿ ਕੰਟਰੋਲ ਸਾਡਾ ਰਹੇਗਾ ਕਿਉਂ ਰਿਲੀਜੀਅਸ ਜਾਂ ਧਾਰਮਿਕ ਸੰਸਥਾਵਾਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਆਪਸ ਆਪਣੇ ਕੰਟਰੋਲ ਦੇ ਵਿੱਚ ਕਰਨਾ ਚਾਹੁੰਦੀਆਂ ਨੇ ਇਹਨੂੰ ਤੁਸੀਂ ਬਿਹਤਰ ਸਮਝ ਸਕਦੇ ਹੋ ਪਰ ਲਗਾਤਾਰ ਮਿਨੋਰਟੀਜ਼ ਦੇ ਖਿਲਾਫ ਇਸ ਤਰ੍ਹਾਂ ਦਾ ਜਿਹੜਾ ਉਹ ਕਾਰਵਾਈਆਂ ਹੋ ਰਹੀਆਂ ਨੇ ਪ੍ਰਚਾਰ ਵੀ ਹੋ ਰਿਹਾ ਹੈ ਜੀ ਬਾਸੂ ਜੀ ਤੇ ਮਨਪ੍ਰੀਤ ਜੀ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਕਿਹੋ ਜੀ ਚੱਲ ਰਹੀ ਹੈ ਜੀ ਦੇਖੋ ਪੰਜਾਬ ਬਚਾਓ ਯਾਤਰਾ ਹਜੇ ਤੱਕ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਨਿਕਲ ਕੇ ਬਾਹਰ ਆ ਰਹੇ ਆ ਹਮਮ ਔਰ ਜਿੱਥੇ ਜਿੱਥੇ ਵੀ ਗਏ ਆ ਮਾਝੇ ਦੇ ਵਿੱਚ ਹੀ ਆ ਹਜੇ ਵੀ ਔਰ ਬੀਤੇ ਦਿਨ ਇੱਕ ਕੈਰੋ ਦੇ ਵਿੱਚ ਪਹੁੰਚੀ ਸੁਖਬੀਰ ਸਿੰਘ ਬਾਦਲ ਦੀ ਯਾਤਰਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਯਾਤਰਾ ਜਿਹੜੀ ਕਿ ਪੰਜਾਬ ਬਚਾਓ ਯਾਤਰਾ ਔਰ ਇਸ ਯਾਤਰਾ ਦਾ ਮਕਸਦ ਹੈਗਾ ਆਮ ਆਦਮੀ ਪਾਰਟੀ ਜਾਂ ਜਿਹੜੀ ਪੰਜਾਬ ਦੀ ਸਰਕਾਰ ਆ ਉਸ ਦੇ ਖੁਲਾਸੇ ਕਰਨੇ ਉਸ ਦੀਆਂ ਜਿਹੜੀਆਂ ਬਦਨੀਤੀਆਂ ਕਹਿ ਲਓ ਜਾਂ ਉਸ ਦੀਆਂ ਪਾਲਿਸਿਸ ਕਹਿ ਲਓ ਉਹਨਾਂ ਦਾ ਇੱਕ ਤਰ੍ਹਾਂ ਦਾ ਉਜਾਗਰ ਕਰਨਾ ਉਹਨਾਂ ਨੂੰ ਕਿ ਕਿੰਨੀਆਂ ਖੋਖਲੀਆਂ ਨੇ ਇਸ ਦੌਰਾਨ ਉੱਥੇ ਇੱਕ ਗੁਰਦੇਵ ਸਿੰਘ ਨਾਮ ਦਾ ਵਿਅਕਤੀ ਸੀ ਉਹਨੇ ਆਪਣੀ ਜੁੱਤੀ ਉਤਾਰ ਕੇ ਸਿੱਧੀ ਚਲਾ ਕੇ ਸੁਖਬੀਰ ਸਿੰਘ ਬਾਦਲਵਾਲ ਮਾਰੀ ਉਹ ਉਹਨਾਂ ਦੇ ਵੱਜੀ ਵੀ ਇਸ ਤੋਂ ਲਾਵਾ ਜਿਹੜੀ ਦੂਸਰੀ ਜੁੱਤੀ ਸੀ ਆਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਦੇ ਨਾਲ ਸੀ ਉਹਨਾਂ ਦੇ ਜਾ ਕੇ ਵਜੇ ਔਰ ਇੱਥੇ ਮੈਂ ਦੱਸਦਾ ਕਿ ਕੈਰੋ ਪਿੰਡ ਉਹ ਪਿੰਡ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਭੈਣ ਵਿਆਹੀ ਹੋਈ ਆ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਨਾਲ ਤੇ ਕੈਰੋ ਇੱਥੋਂ ਹੀ ਚੋਣ ਲੜਦੇ ਆ ਉਸ ਤੋਂ ਬਾਅਦ ਇਸ ਗੁਰਦੇਵ ਸਿੰਘ ਨਾਮ ਦੇ ਵਿਅਕਤੀ ਨੂੰ ਫੜ ਵੀ ਲਿਆ ਗਿਆ ਪੁਲਿਸ ਨੇ ਇਸ ਨੂੰ ਰਾਉਂਡ ਅਪ ਕੀਤਾ ਮਾਰਿਆ ਕੁੱਟਿਆ ਵੀ ਤੈਨੂੰ ਕਾਂਗਰਸ ਨੇ ਭੇਜਿਆ ਤੈਨੂੰ ਆਮ ਆਦਮੀ ਪਾਰਟੀ ਨੇ ਭੇਜਿਆ ਉਹ ਕਹਿੰਦੀ ਜੀ ਮੈਨੂੰ ਕਿਸੇ ਨੇ ਨਹੀਂ ਭੇਜਿਆ ਇਹਨਾਂ ਲੋਕਾਂ ਨੇ ਬੇਅਦਬੀਆਂ ਕਰਵਾਈਆਂ ਨੇ ਇਹਨਾਂ ਦੀ ਸਰਕਾਰ ਦੇ ਦੌਰਾਨ ਬੇਅਦਬੀਆਂ ਹੋਈਆਂ ਨੇ ਤੇ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਡੇ ਲੋਕਾਂ ਦੇ ਮਨ ਦੇ ਵਿੱਚ ਬੜਾ ਰੋਸ ਹੈ ਇਸ ਕਰਕੇ ਮੈਂ ਕੀਤਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਇਹਨਾਂ ਨੂੰ ਲੈ ਕੇ ਗਏ ਤੇ ਫਤੇਗੜ ਸਾਹਿਬ ਲੈ ਕੇ ਹਾਲਕਿ ਮੈਂ ਮਸੂਜੀ ਦਾ ਅੱਜ ਕਿਸੇ ਵੀ ਅਖਬਾਰ ਦੇ ਵਿੱਚ ਖਬਰ ਨਹੀਂ ਤੁਹਾਨੂੰ ਲੱਭਣੀ ਕਿਉਂਕਿ ਐਵੀਆਂ ਖਬਰਾਂ ਅਕਸਰ ਜਿਹੜੇ ਨੀਸਪੇਪਰ ਆ ਉਹ ਗੋਲ ਕਰ ਜਾਂਦੇ ਨੇ ਜਾਂ ਇਹਨਾਂ ਨੂੰ ਮੈਨੇਜ ਕਰ ਲਿਆ ਜਾਂਦਾ ਜੀ ਵਾਸੂ ਜੀ ਮਨਪ੍ਰੀਤ ਜੀ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਭਾਰਤ ਰਤਨ ਲਾਲਕ੍ਰਿਸ਼ਨਾ ੜਵਾਨੀ ਨੂੰ ਦਿੱਤਾ ਜਾ ਰਿਹਾ ਤੇ ਹੁਣ ਇਹ ਦੱਸਿਆ ਗਿਆ ਕਿ ਟੋਟਲ 5 ਵਿਅਕਤੀਆਂ ਨੂੰ ਮਿਲੇਗਾ ਜਿਦੇ ਵਿੱਚ ਪੀਵੀ ਨਰਸੀਮਹਾ ਰਾਓ ਤੇ ਚੌਧਰੀ ਚਰਨ ਸਿੰਘ ਦੇ ਨਾਮ ਵੀ ਸ਼ਾਮਲ ਨੇ ਦੇਖੋ ਇਸ ਭਾਰਤ ਰਤਨ ਦੀ ਪੋਲਿਟਿਕਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਪੰਜ ਭਾਰਤ ਰਤਨ ਦੇ ਦਿੱਤੇ ਗਏ ਆ ਲਾਲ ਕ੍ਰਿਸ਼ਨ ਅਡਵਾਨੀ ਨੂੰ ਬਾਅਦ ਦੇ ਵਿੱਚ ਇਹਨਾਂ ਨੂੰ ਚੇਤਾ ਆਇਆ ਜਿਸ ਨੂੰ ਬਿਲਕੁਲ ਸਾਈਡ ਲਾਈਨ ਕਰ ਦਿੱਤਾ ਗਿਆ ਸੀ ਜਿਹੜੇ ਕਿਸੇ ਟਾਈਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਲੀਟੀਕਲ ਗੁਰੂ ਹੁੰਦੇ ਸੀ ਜਿਨ੍ਹਾਂ ਨੇ ਕਿਸੇ ਵਕਤ ਅਟਲ ਬਿਹਾਰੀ ਵਾਜਪਾਈ ਨੇ ਜਦੋਂ ਸਨ 2002 ਦੇ ਗੁਜਰਾਤ ਦੰਗੇ ਹੋਏ ਸੀ ਤੇ ਇਹਨਾਂ ਨੂੰ ਸੈਕ ਕਰਨਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਤੌਰ ਮੁੱਖ ਮੰਤਰੀ ਕਿਉਂਕਿ ਇਹਨਾਂ ਨੇ ਉੱਥੇ ਵਧੀਆ ਕੰਮ ਨਹੀਂ ਸੀ ਕੀਤਾ ਦੰਗੇ ਹੁੰਦੇ ਰਹੇ ਸੀ ਤੇ ਇਹ ਅੱਖਾਂ ਮੀਚ ਕੇ ਬੈਠੇ ਰਹੇ ਸੀ ਇਹ ਸਾਰਾ ਕੁਝ ਸਾਰਿਆਂ ਨੂੰ ਪਤਾ ਹੋ ਤੇ ਇਥੋਂ ਤੱਕ ਕਿ ਅਟਲ ਬਿਹਾਰੀ ਵਾਜਪਾਈ ਨੇ ਇਹ ਕਹਤਾ ਸੀ ਕਿ ਇਹਨਾਂ ਨੇ ਆਪਣਾ ਰਾਜ ਧਰਮ ਨਹੀਂ ਨਿਭਾਇਆ ਤੇ ਉਦੋਂ ਲਾਲ ਕ੍ਰਿਸ਼ਨ ਅਡਵਾਨੀ ਨੇ ਇਹਨਾਂ ਨੂੰ ਬਚਾਇਆ ਸੀ ਹੁਣ ਉਹਨਾਂ ਨੂੰ ਸਾਈਡ ਲਾਈਨ ਕਰਤਾ ਸੀ ਮਾਰਗਦਰਸ਼ਕ ਮੰਡਲ ਚ ਪਾਤਾ ਸੀ ਔਰ ਉਸ ਤੋਂ ਬਾਅਦ ਇਹ ਵੀ ਪਤਾ ਸੀ ਸਾਰਿਆਂ ਨੂੰ ਕਿ ਜਿਹੜੀ ਰਫ਼ ਯਾਤਰਾ ਕੱਢੀ ਸੀ ਉਹ ਵੀ ਲਾਲ ਕ੍ਰਿਸ਼ਨ ਅਡਵਾਨੀ ਨੇ ਕੱਢੀ ਸੀ ਪਰ ਅਚਾਨਕ ਕੀ ਹੁੰਦਾ ਕਿ ਉੱਥੇ ਜਦੋਂ ਰਾਮ ਮੰਦਰ ਦੀ ਜਸ਼ਨ ਪ੍ਰਾਣ ਪ੍ਰਤੀਸ਼ਠਾ ਹੁੰਦੀ ਹੈ ਉੱਥੇ ਇਹਨਾਂ ਨੂੰ ਬੁਲਾਏ ਨਹੀਂ ਜਾਂਦਾ ਕਹਿੰਦੇ ਤੁਹਾਡੀ ਤਾਂ ਉਮਰ ਬਹੁਤ ਹੋ ਗਈ ਹੈ ਤੁਸੀਂ ਘਰੇ ਬੈਠੋ ਬਾਹਰ ਦੇ ਵਿੱਚ ਇਹਨਾਂ ਨੂੰ ਪਤਾ ਲੱਗਦਾ ਕਿ ਰਾਮ ਮੰਦਰ ਦਾ ਜਿਹੜਾ ਸਿਆਸੀ ਲਾਹਾ ਸੀ ਲੈਣਾ ਸੀ ਉਹ ਤਾਂ ਲੈ ਹੀ ਨਹੀਂ ਗਿਆ ਲੋਕ ਕਿਤੇ ਨਾਰਾਜ਼ ਨਾ ਹੋ ਜਾਣ ਇਸ ਕਰਕੇ ਇਹਨਾਂ ਨੂੰ ਫਿਰ ਬਾਅਦ ਦੇ ਵਿੱਚ ਭਾਰਤ ਰਤਨ ਦੀ ਅਨਾਉਂਸਮੈਂਟ ਹੋਈ ਕਿ ਅਸੀਂ ਤੁਹਾਨੂੰ ਭਾਰਤ ਰਤਨ ਦਵਾਂਗੇ ਅੱਗੇ ਆ ਜਾਓ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਰਪੂਰੀ ਠਾਕਰ ਨੂੰ ਵੀ ਇਸੇ ਤਰ੍ਹਾਂ ਦਾ ਭਾਰਤ ਰਤਨ ਦਿੱਤਾ ਜਿਹੜੇ ਕਿ ਬਿਹਾਰ ਦੇ ਮੁੱਖ ਮੰਤਰੀ ਸੀ OBC ਦੇ ਲੀਡਰਸ਼ਿਪ ਤੇ ਜਿਸ ਤਰ੍ਹਾਂ ਹੀ ਉਹਨਾਂ ਨੂੰ ਭਾਰਤ ਰਤਨ ਦਿੱਤਾ ਨਾਲ ਹੀ ਨਿਤਿਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਆ ਗੱਦਗਦ ਹੋ ਗਏ ਕਹਿੰਦੇ ਕਮਾਲ ਕਰਤਾ ਬਨਾ ਚਾਹੀਦਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਆਉਣ ਦਾ ਉਹ ਵੀ ਆ ਗਏ ਜਯੰਤ ਠਾਕੁਰ ਚੌਧਰੀ ਚਰਨ ਸਿੰਘ ਦੇ ਮੁੰਡੇ ਨੇ ਯੂਪੀ ਦੇ ਲੀਡਰ ਨੇ ਤੇ ਚੌਧਰੀ ਚਰਨ ਸਿੰਘ ਕਿਸਾਨਾਂ ਦੇ ਲੀਡਰ ਆ ਉਹਨਾਂ ਨੂੰ ਪ੍ਰਧਾਨ ਮੰਤਰੀ ਵੀ ਰਹੇ ਆ ਤੁਹਾਨੂੰ ਪਤਾ ਵਾਸੂ ਜੀ ਉਹਨਾਂ ਨੂੰ ਵੀ ਭਾਰਤ ਰਤਨ ਦੇਤਾ ਕਿਉਂਕਿ ਜਯੰਤ ਚੌਧਰੀ ਨੂੰ ਆਪਣੇ ਪਾਸੇ ਕਰਨਾ ਸੀ ਤੇ ਜਯੰਤ ਚੌਧਰੀ ਕਹਿੰਦੇ ਮੈਨੂੰ ਤਾਂ ਕਮਾਲ ਹੀ ਕਰਤਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਸਾਨੂੰ ਦੇ ਕੇ ਤੇ ਜਿਹੜੇ ਕਿਸਾਨਾਂ ਦੀ ਤੁਸੀਂ ਰਾਜਨੀਤੀ ਕਰਦੇ ਰਹੇ ਹੋ ਉਹਨਾਂ ਨੂੰ ਭੁੱਲ ਗਏ ਅੱਗੇ ਆ ਜੋ ਐਮ ਐਸ ਸੁਆਮੀ ਨਾਥਨ ਇਹਨਾਂ ਨੂੰ ਦਿੱਤਾ ਦੇਖੋ ਇਹ ਉਹ ਵਿਅਕਤੀ ਹੈ ਜਿਨੇ ਭਾਰਤ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਂਦੀ ਆ ਹਰੀ ਕ੍ਰਾਂਤੀ ਲੈ ਕੇ ਆਂਦੀ ਆ ਐਸੇ ਨੇ ਸਿਫਾਰਸ਼ਾਂ ਕੀਤੀਆਂ ਕਿ ਕਿਸਾਨਾਂ ਦੀ ਆਮਦਨ ਵਧੀਆ ਹੋਣੀ ਚਾਹੀਦੀ ਆ ਉਹਨਾਂ ਨੂੰ ਕੀ ਰੇਟ ਮਿਲਣਾ ਚਾਹੀਦਾ 50% ਇਹਨਾਂ ਦੀ ਲਾਗਤ ਉੱਤੇ ਰੇਟ ਮਿਲਣਾ ਚਾਹੀਦਾ ਇਹ ਸਾਰਾ ਕੁਝ ਆ ਕੇਵਲ ਤੇ ਕੇਵਲ ਹੁਣ ਤੁਸੀਂ ਦੇਖੋ ਕਿਸਾਨਾਂ ਨੂੰ ਜਿਹੜੀਆਂ ਇਹਨਾਂ ਨੇ ਸਿਫਾਰਸ਼ਾਂ ਕੀਤੀਆਂ ਉਹ ਤਾਂ ਮੰਨੀਆਂ ਨਹੀਂ ਕਿਸਾਨਾਂ ਦੀ ਆਮਦਨ ਸਾਲ 2022 ਦੇ ਵਿੱਚ ਦੁੱਗਣੀ ਕਰਨੀ ਸੀ ਉਹ ਤਾਂ ਮੰਨੀ ਨਹੀਂ ਲੇਕਿਨ ਇਹਨਾਂ ਨੂੰ ਭਾਰਤ ਰਤਨ ਦੇਤਾ ਬਿਲਕੁਲ ਇਹ ਸਾਰੇ ਡਿਜ਼ਰਵ ਕਰਦੇ ਹੋਣਗੇ ਪਰ ਕੀ ਕਿਸਾਨਾਂ ਦੇ ਤੁਸੀਂ ਕਦੇ ਮੁਸ਼ਕਲਾਂ ਸੁਣੀਆਂ ਇਹ ਵੀ ਇੱਕ ਤੁਹਾਡੇ ਗੋਰੇ ਮਾਪਦੰਡ ਨੇ ਅੱਗੇ ਆ ਜਾਓ ਪੀਵੀ ਨਰਸਿਮਾ ਰਾਓ ਪੀਵੀ ਨਰਸਿਮਾ ਰਾਓ ਸਾਰਿਆਂ ਨੂੰ ਪਤਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਰਹੇ ਆ ਪਰ ਉਹਨਾਂ ਵੇਲੇ ਹੀ ਬਾਬਰੀ ਮਸਜਿਦ ਦੀ ਜਿਹੜੀ ਢਾਈ ਗਈ ਆ ਜਾਂ ਬਾਬਰੀ ਮਸਜਿਦ ਨੂੰ ਡਿਮੋਲਿਸ਼ ਕੀਤਾ ਗਿਆ ਔਰ ਬਤੌਰ ਪ੍ਰਧਾਨ ਮੰਤਰੀ ਉਹਨਾਂ ਨੇ ਇਸ ਦਾ ਕਿਸੇ ਤਰ੍ਹਾਂ ਦਾ ਕੋਈ ਸੰਗਿਆਨ ਨਹੀਂ ਲਿੱਤਾ ਨੋਟਿਸ ਨਹੀਂ ਲਿਆ ਔਰ ਇਸ ਕਰਕੇ ਕਾਂਗਰਸ ਦੇ ਨਾਲ ਉਹਨਾਂ ਦੇ ਡਿਫਰੈਂਸਸ ਵੀ ਸੀ ਇੱਕ ਤਰ੍ਹਾਂ ਦਾ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਪਾੜ ਪਾਉਣ ਲਈ ਇਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਭਾਰਤ ਰਤਨ ਦੇ ਨਾਲ ਨਵਾਜ਼ਿਆ ਗਿਆ ਉਹਨਾਂ ਵੱਲੋਂ ਵੀ ਹੁਣ ਆਉਣ ਲੱਗੇ ਕਿ ਬੜਾ ਕਮਾਲ ਕਰਤਾ ਸੋ ਜੇ ਤੁਸੀਂ ਸਿੱਧੇ ਤੌਰ ਤੇ ਦੇਖੋ ਕਿ ਜਿੰਨੇ ਭਾਰਤ ਰਤਨ ਦਿੱਤੇ ਗਏ ਨੇ ਜ਼ਿਆਦਾਤਰ ਉਹ ਜ਼ਿਆਦਾਤਰ ਸਿਆਸੀ ਆ ਹਾਲਾਂਕਿ ਇਹ ਜਿਹੜੇ ਲੋਕ ਨੇ ਇਹ ਜ਼ਰੂਰ ਡਿਜ਼ਰਵ ਕਰਦੇ ਹੋਣੇ ਆ ਇਹ ਇੱਕ ਵੱਖਰੀ ਗੱਲ ਜੀਵਾਸੂਜੀ ਤੇ ਮਨਪ੍ਰੀਤ ਜੀ ਪੰਜਾਬ ਦੇ ਵਿੱਚ ਬੱਸ ਕਾਮੇ ਹੜਤਾਲ ਤੇ ਸੀਗੇ ਉਹਨਾਂ ਦੀਆਂ ਮੰਗਾਂ ਮੰਨ ਲੀਆਂ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨ ਲੀਆਂ ਕਿਉਂਕਿ ਪੈਸੇਂਜਰ ਜਿਹੜੇ ਕਮਿਊਟਰ ਸੀ ਜਿਹੜੇ ਮੁਸਾਫਰ ਸੀ ਰੋਜ਼ ਜਾਂਦੇ ਸੀ ਉਹ ਬਹੁਤ ਤੰਗ ਸੀ 52 ਸਵਾਰੀਆਂ ਤੋਂ ਵੱਧ ਚੱਕਣ ਤੋਂ ਇਹਨਾਂ ਕਾਮਿਆਂ ਨੇ ਜਿਹੜੇ ਖਾਸ ਤੌਰ ਤੇ ਯੂਨੀਅਨ ਸੀ ਔਰ ਇਹ ਬੱਸਾਂ ਕਿਹੜੀਆਂ ਸੀ ਇਹ ਸਰਕਾਰੀ ਬੱਸਾਂ ਪੀਆਰਟੀਸੀ ਦੀਆਂ ਪੰਜਾਬ ਰੋਡ ਵੇਸ ਦੀਆਂ ਇਹ ਸਾਰੀਆਂ ਬੱਸੀ ਸੀ ਔਰ ਇਹਦੇ ਵਿੱਚ ਔਰਤਾਂ ਦੀਆਂ ਟਿਕਟਾਂ ਜਿਹੜੀ ਹੈ ਫੇਰ ਹੁੰਦਾ ਜਾਂ ਕਿਰਾਇਆ ਹੁੰਦਾ ਉਹ ਬਿਲਕੁਲ ਮੁਆਫਾ ਮੁਫਤ ਸਫ਼ਰ ਕਰਦੀਆਂ ਪਰ ਜਦੋਂ 52 ਸਵਾਰੀਆਂ ਤੋਂ ਵੱਧ ਤੁਸੀਂ ਚੜਾਉਣਾ ਨਹੀਂ ਤੇ ਫਿਰ ਤੁਸੀਂ ਦੇਖੋ ਸਟੂਡੈਂਟਸ ਤੋਂ ਲੈ ਕੇ ਜਿਹੜੇ ਦਿੱਲੀ ਕਮਿਊਟਰਸ ਆ ਜਾਂ ਜਿਨ੍ਹਾਂ ਨੇ ਰੋਜ਼ ਨੌਕਰੀਆਂ ਤੇ ਜਾਣਾ ਹੁੰਦਾ ਤੇ ਉਹ ਕਿੰਨੇ ਤੰਗ ਹੋ ਰਹੇ ਸੀ ਆਖਿਰਕਾਰ ਇਹਨਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਤਾਂ ਲਈਆਂ ਗਈਆਂ ਨੇ ਕਿਉਂਕਿ ਇਹਨਾਂ ਦੀ ਸ਼ਰਤ ਸੀ ਕਿ ਅਸੀਂ ਕੌਂਟਰੈਕਟ ਤੇ ਆ ਸਾਰੇ ਅਸੀਂ ਠੇਕੇ ਤੇ ਹਾਂ ਤਾਂ ਸਾਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਅਸਲੀ ਇਹਨਾਂ ਨੂੰ ਅਮਲੀ ਜਾਮਾ ਕਦੋਂ ਦਊਗੀ ਇਹ ਸਮਾਂ ਦੱਸੇਗਾ ਜੀਵਾਸੂ ਜੀ ਤੇ ਮਨਪ੍ਰੀਤ ਜੀ ਉਤਰਾਖੰਡ ਵਿੱਚ ਹਿੰਸਾ ਵਿੱਚ 6 ਵਿਅਕਤੀ ਮਾਰੇ ਗਏ ਨੇ ਬਿਲਕੁਲ ਉਤਰਾਖੰਡ ਦੀ ਵੀ ਤੁਸੀਂ ਇਸ ਚੀਜ਼ ਨੂੰ ਸਮਝੋ ਇਹ ਉਸ ਵਕਤ ਹਿੰਸਾ ਸ਼ੁਰੂ ਹੁੰਦੀ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ ਨੈਨੀਤਾਲ ਦਾ ਜ਼ਿਲ੍ਹਾ ਹਲ ਹਲਦਵਾਨੀ ਹਲਦਵਾਨੀ ਦੇ ਵਿੱਚ ਇੱਕ ਮਦਰਸੇ ਨੂੰ ਟਾਰਗੇਟ ਕੀਤਾ ਗਿਆ ਉੱਥੋਂ ਦੇ ਜਿਹੜੇ ਲੋਕ ਰਹਿ ਰਹੇ ਸੀ ਘੱਟ ਗਿਣਤੀ ਦਾ ਭਾਈਚਾਰਾ ਉਹਨਾਂ ਨੇ ਬਹੁਤ ਕਿਹਾ ਕਿ ਤੁਸੀਂ ਬੁਲਡੋਜ਼ਰ ਤਾਂ ਲੈ ਆਏ ਹੋ ਘਟੋ ਘਟ ਸਾਨੂੰ ਤੁਸੀਂ ਕਾਗਜ਼ ਤਾਂ ਦਿਖਾਓ ਕੋਈ ਦਸਤਾਵੇਜ਼ ਨਹੀਂ ਦਿਖਾਏ ਐਸੇ ਕਰਕੇ ਹਿੰਸਾ ਉੱਥੇ ਭੜਕੀ ਆ ਔਰ ਬਾਰ ਬਾਰ ਕਿਸ ਤਰ੍ਹਾਂ ਮਿਨੋਰਿਟੀ ਕਮਿਊਨਿਟੀ ਇੱਥੇ ਵੀ ਤੁਸੀਂ ਦੇਖੋ ਇਸ ਤਰ੍ਹਾਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਔਰ ਇੱਕ ਚੀਜ਼ ਤੁਹਾਨੂੰ ਮੈਂ ਇੱਥੇ ਅੱਜ ਹੋਰ ਦੱਸਦਾ ਉੱਤਰਾਖੰਡ ਭਾਰਤ ਦਾ ਪਹਿਲਾ ਸੂਬਾ ਜਿਹਨੇ ਯੂਨੀਫਾਰਮ ਸਿਵਲ ਕੋਡ ਲਾਗੂ ਕਰਤਾ ਔਰ ਕਿਸ ਤਰ੍ਹਾਂ ਜਿਹੜੇ ਸਾਰੇ ਭਾਈਚਾਰੇ ਆ ਉਹ ਕਿਸ ਤਰ੍ਹਾਂ ਆਪਣੇ ਵਿਆਹ ਸ਼ਾਦੀਆਂ ਕਰਨਗੇ ਇਸ ਤਰ੍ਹਾਂ ਡਾਈਵੋਰਸ ਜਾਂ ਤਲਾਕ ਲੈਣਗੇ ਕਿਸ ਤਰ੍ਹਾਂ ਪ੍ਰਾਪਰਟੀਆਂ ਅੱਗੇ ਵੰਡਣਗੇ ਜਾਂ तमाम तरह ਦੀਆਂ ਚੀਜ਼ਾਂ ਇੱਥੋਂ ਤੱਕ ਕਿ ਜਿਹੜੇ ਲਿਵਨ ਰਿਲੇਸ਼ਨਸ਼ਿਪਸ ਨੇ ਲੋਕੀ ਆਪਸ ਵਿੱਚ ਰਹਿੰਦੇ ਆ ਬਗੈਰ ਵਿਆਹ ਕਰਾਏ ਤੋਂ ਉਹਨਾਂ ਨੂੰ ਵੀ ਕਹਿੰਦੇ ਕਿ ਤੁਸੀਂ ਆ ਕੇ ਰਜਿਸਟਰ ਕਰੋ ਇਹ ਹਾਲਾਤ ਬਣਾਏ ਗਏ ਨੇ ਔਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦੇਣਾ ਆਦੀਵਾਸੀਆਂ ਨੂੰ ਜਿਹੜੇ ਉੱਥੇ ਟ੍ਰਾਈਬਲ ਜਿਹੜੇ ਲੋਕ ਨੇ ਉਹਨਾਂ ਨੂੰ ਛੱੜਤਾ ਇਹਦੇ ਵਿੱਚੋਂ ਕਿਉਂਕਿ ਉਹਨਾਂ ਦੇ ਵੱਖਰੇ ਵੱਖਰੇ ਉਹਨਾਂ ਦਾ ਕਲਚਰ ਹੁੰਦਾ ਵੱਖਰੇ ਵੱਖਰੇ ਉਹਨਾਂ ਦੇ ਵਿਹਾਰ ਹੁੰਦੇ ਆ ਤੇ ਤੁਸੀਂ ਉਹਨਾਂ ਨੂੰ ਛੱੜਤਾ ਤੇ ਕੀ ਕੇਵਲ ਤੁਸੀਂ ਸਿਰਫ ਮਿਨੋਰਿਟੀ ਕਮਿਊਨਿਟੀ ਨੂੰ ਟਾਰਗੇਟ ਕਰਦਾ ਜਿਹੜਾ ਕਿ ਤੁਸੀਂ ਇਸ ਚੀਜ਼ ਨੂੰ ਬਾਕੀ ਸੂਬਿਆਂ ਦੇ ਵਿੱਚ ਵੀ ਲੈ ਕੇ ਜਾ ਸਕੋ ਤੇ ਲੋਕ ਸਭਾ ਦੀਆਂ ਚੋਣਾਂ ਤੁਸੀਂ ਪ੍ਰਭਾਵਿਤ ਕਰ ਸਕੋ ਜੀ ਵਾਸੂ ਜੀ ਮਨਪ੍ਰੀਤ ਜੀ ਆਪਾਂ ਕੁਕਲੀ ਇਹ ਵੀ ਗੱਲ ਕਰੀਏ ਕਿ ਬਿਲਕਿਸਬਾਨੋ ਦੇ 11 ਜਿਹੜੇ ਗੁਨੇਗਾਰ ਜਿਨ੍ਹਾਂ ਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਸੀ ਉਹਨਾਂ ਵਿੱਚੋਂ ਇੱਕ ਨੂੰ ਫੇਰ ਪਰੋਲ ਮਿਲ ਗਈ ਹੈ ਬਿਲਕੁਲ ਗੁਜਰਾਤ ਸਰਕਾਰ ਗੁਜਰਾਤ ਦੇ ਹੁਣ ਤਾਂ ਹਾਈ ਕੋਰਟ ਨੇ ਦਿੱਤੀ ਤੁਸੀਂ ਦੇਖ ਕੇ ਸਮਝੋ ਕਿ ਸੁਪਰੀਮ ਕੋਰਟ ਇਹਨਾਂ ਨੂੰ ਵਾਪਸ ਬੁਲਾ ਕੇ 11 ਦੇ 11 ਜਿਹੜੇ ਨੇ ਪਿਸਟ ਨੇ ਮਰਡਰਰਸ ਨੇ ਕਾਤਲ ਨੇ ਬਿਲਕਿਸਬਾਨੋ ਦੇ ਪਰਿਵਾਰ ਦੇ ਇਹਨਾਂ ਨੂੰ ਵਾਪਸ ਬੁਲਾਇਆ ਗਿਆ 21 ਤਰੀਕ ਨੂੰ ਇਹਨਾਂ ਨੇ ਰਾਤ ਦੇ 12 ਵਜੇ ਸਰੈਂਡਰ ਕੀਤਾ ਹੁਣ ਤੁਸੀਂ ਦੇਖੋ ਇਹਨਾਂ ਨੂੰ 7 ਤੋਂ 11 ਤੱਕ ਯਾਨੀ ਕਿ 5 ਦਿਨਾਂ ਦੀ ਇੱਕ ਵਿਅਕਤੀ ਨੂੰ ਜਿਹਦਾ ਨਾਮ ਪ੍ਰਦੀਪ ਮੋਧਿਆ ਉਹਨੂੰ ਫੇਰ ਪੈਰੋਲ ਦਿੱਤੀ ਗਈ ਹੈ ਕਿ ਤੂੰ ਜਾ ਸਕਦਾ ਕੋਈ ਉਸ ਤੋਂ ਕੰਡੀਸ਼ਨ ਨਹੀਂ ਲਈ ਕਿਸੇ ਤਰ੍ਹਾਂ ਦਾ ਕੋਈ ਉਸ ਤੋਂ ਅੰਡਰਟੇਕਿੰਗ ਨਹੀਂ ਲਈ ਬਾਹਰ-ਬਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇੱਕ ਤਾਂ ਇਹ ਦੱਸਣਾ ਚਾਹੁੰਦੀ ਆ ਕਿ ਅਸੀਂ ਤੁਹਾਡੇ ਕੋਰਟ ਦੀ ਜਾਂ ਸੁਪਰੀਮ ਕੋਰਟ ਦੀ ਪਰਵਾਹ ਨਹੀਂ ਕਰਦੀ ਔਰ ਜਦੋਂ ਅਸੀਂ ਪੈਰੋਲ ਦੇਵਾਂਗੇ ਔਰ ਵਾਸੂ ਜੀ ਤੁਸੀਂ ਯਾਦ ਕਰੋ ਕੱਲਾ ਇੱਥੇ ਗੁਜਰਾਤ ਦੇ ਵਿੱਚ ਥੋੜੀ ਹੋ ਰਹੀ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣੇ ਦੇ ਵਿੱਚ ਵੀ ਤਾਂ ਇਹੀ ਹੋ ਰਿਹਾ ਉਥੋਂ ਦਾ ਜਿਹੜਾ ਡੇਰਾ ਮੁਕੀ ਆ ਉਹ ਵੀ ਇਸੇ ਤਰ੍ਹਾਂ ਰੇਪ ਕੇਸਿਸ ਦੇ ਵਿੱਚ ਤੇ ਮਰਡਰ ਕੇਸਿਸ ਦੇ ਵਿੱਚ ਅੰਦਰ ਬੰਦਾ ਸਜ਼ਾ ਹਾਫਤਾ ਤੇ ਉਹਨੂੰ ਵੀ ਬਾਰ-ਬਾਰ ਪਰੋਲਾਂ ਦਿੰਦੀ ਆ ਹਰਿਆਣੇ ਦੀ ਭਾਜਪਾ ਸਰਕਾਰ ਸੋ ਇੱਕ ਤਰ੍ਹਾਂ ਦਾ ਇਹੀ ਚੀਜ਼ ਦਾ ਕਹਿਣੀ ਤੇ ਕਥਨੀ ਦੇ ਵਿੱਚ ਇਹਨਾਂ ਦਾ ਕਿੰਨਾ ਫਰਕ ਆ ਉਹ ਆਪਾਂ ਨੂੰ ਹਰ ਰੋਜ਼ ਨਜ਼ਰ ਆਉਂਦਾ ਜੀ ਬਸੋ ਜੀ ਮਨਪ੍ਰੀਤ ਜੀ ਇਹਨਾਂ ਸਾਰੀਆਂ ਖਬਰਾਂ ਲਈ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਜੀ ਆਈ ਹੈਵ ਅ ਵੈਰੀ ਨਾਈਸ ਵੀਕਐਂਡ ਆਪਣੀ ਗੱਲਬਾਤ ਹੁਣ ਸੋਮਵਾਰ ਨੂੰ ਹੋਏਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਸੂ ਜੀ ਐਂਡ ਯੂ ਟੂ ਹੈਵ ਅ ਨਾਈਸ ਵੀਕਐਂਡ ਜੀ ਮਿਹਰਬਾਨੀ ਜੀ